ਪਾਰਟੀਆਂ ਆਈਆਂ ਉਹਨਾਂ ਨੇ ਕੰਮ ਜੇ ਕੀਤਾ ਹੁੰਦਾ ਤਾਂ ਨਵੀਂ ਪਾਰਟੀ ਦੀ ਲੋੜ ਨਹੀਂ ਸੀ ਹੂੰ ਹੂੰ ਜੋ ਵੀ ਪਾਰਟੀਆਂ ਆਈਆਂ ਜੇ ਉਹਨਾਂ ਤੋਂ ਕਿਤਨਾ ਕਿਤੇ ਕੰਮ ਰਹੇ ਜੇ ਉਹ ਲੋਕਾਂ ਦੀ ਉਮੀਦ ਤੇ ਖਰੇ ਨਹੀਂ ਉਤਰੇ ਉਹੀ ਰੀਜਨ ਸੀ ਕਿ ਨਵੀਆਂ ਪਾਰਟੀਆਂ ਨੂੰ ਉੱਥੇ ਆਉਣਾ ਪਿਆ ਪੰਜਾਬ ਦੇ ਮਸਲੇ ਹੱਲ ਕਰਨ ਲਈ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ ਸੋ ਉਹੀ ਅਸੀਂ ਇੱਕ ਸੋਚ ਲੈ ਕੇ ਉਹੀ ਇੱਕ ਅਸੀਂ ਟਰੈਕ ਤੇ ਸੋਚਦੇ ਹੋਏ ਅਸੀਂ ਇਸ ਵਾਰ ਪੰਜਾਬ ਦੇ 117 ਦੀ 117 ਉਧਾਂ ਸੁਭਾਤੇ ਸਾਡੀ ਪਾਰਟੀ ਰਾਸ਼ਟਰੀ ਆਰੋਹਨ ਚ ਪਾਰਟੀ ਇਹ ਇਲੈਕਸ਼ਨ ਲੜਨ ਜਾ ਰਹੀ ਹੈ ਕਾਂਗਰਸ ਪਾਰਟੀ ਹੈ ਸ਼ਰਮਣੀ ਕਾਲੀਦਾਲ ਆਮ ਆਦਮੀ ਪਾਰਟੀ ਹੈ ਇਹ ਵੀ ਹੁਣ ਤੱਕ ਜੋ ਹੈ ਆਪਣਾ ਜੋ ਭਰੋਸਾ ਹੈ ਉਹ ਗਵਾ ਚੁੱਕੇ ਨੇ ਲੋਕਾਂ ਦਾ ਲੋਕ ਉਹਨਾਂ ਜੋ ਪੰਜਾਬ ਦੀ ਜਨਤਾ ਉਹਨਾਂ ਤੇ ਭਰੋਸਾ ਨਹੀਂ ਕਰ bari ਸਮਾਬੋਧ ਘਟ ਰਿਹਾ ਹੈ ਕਿ ਇੱਕ ਨਵੀਂ ਪਾਰਟੀ ਦੇ ਤੌਰ ਤੇ ਤੁਸੀਂ ਸਾਹਮਣੇ ਆ ਰਹੇ ਹੋ ਕਿਵੇਂ ਤੁਸੀਂ ਆਪਣੀ ਇੱਕ ਪਛਾਣ ਬਣਾਓਗੇ ਕਿ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਨ ਤੇ ਤੁਹਾਨੂੰ ਵੋਟਾਂ ਪਾਉਣਗੇ ਅਸੀਂ ਦੇਖੋ ਪਿਛਲੇ ਟਾਈਮ ਤੇ ਬੜੀਆਂ ਸਿਟਸ ਬਣੀਆਂ ਤੇ ਕੱਲ੍ਹੀ ਦਲ ਦੇ ਟਾਈਮ ਹੋਇਆ ਉਹਨਾਂ ਦੀ ਇਨਕੁਆਰੀਆਂ ਚੱਲੀਆਂ ਕੁਛ ਨਹੀਂ ਹੋਇਆ ਕੈਪਟਨ ਸਾਹਿਬ ਨੇ 4.5 ਸਾਲ ਲਾਏ ਕੁਛ ਨਹੀਂ ਹੋਇਆ ਸਾਡਾ ਬੜਾ ਕਲੀਅਰ ਘਟੇਗਾ ਵਿਦਰਨ ਫਸਟ 3 ਮੰਥਸ ਜਿਹੜੀਆਂ ਆਲਰੇਡੀ ਸਿਟਸ ਬਣੀਆਂ ਹੋਈਆਂ ਨੇ ਜਿਉ ਨਿਫਾਫਾ ਅਜੇ ਤੱਕ ਖੁੱਲਣ ਨਹੀਂ ਦਿੱਤਾ ਜਾ ਰਿਹਾ ਹਾਈ ਕੋਰਟ ਉਹ ਚੈੱਕ ਕਰਕੇ ਜੇ ਉਹ ਸਭ ਦੀ ਰਿਪੋਰਟ ਸੇਮ ਹੋਣਗੀਆਂ ਤਾਂ ਪਹਿਲੇ 3 ਮਹੀਨੇ ਚ ਇਹਦਾ ਡਿਸੀਜਨ ਆਏਗਾ ਤੁਹਾ ਕਿਹੜਾ ਚੈਨ ਸਾਡੀ ਸਾਡੀ ਪਾਰਟੀ ਵੱਲੋਂ ਜਿੰਨੇ ਸਾਡੇ ਕੈਂਡੀਡੇਟ ਨੇ ਜੀ ਸਾਰੇ ਮੁਖ ਚਿਹਰੇ ਨੇ ਪੰਜਾਬ ਦਾ ਕੋਈ ਵੀ ਚਿਹਰਾ ਮਾੜਾ ਨਹੀਂ ਜੇ ਸਿਰਫ ਅੱਜ ਦੀ ਡੇਟ ਵਿੱਚ ਮੈਂ ਤੁਸੀਂ ਦੇਖੋਗੇ ਨਾ ਸਿਆਸਤ ਹੈ ਜੋ ਉਹ ਚਿਹਰਿਆਂ ਦੀ ਨਹੀਂ ਰਹੀ ਜੇ ਸਿਰਫ ਚਿਹਰਿਆਂ ਦੀ ਰਹਿ ਗਈ ਹੁੰਦੀ ਤਾਂ ਯਕੀਨ ਮੰਨ ਲਓ ਕੈਪਟਨ ਸਾਹਿਬ ਨੂੰ ਉਤਾਰਿਆ ਨਹੀਂ ਸੀ ਬਹੁਤ ਵੱਡਾ ਚਿਹਰਾ ਹੈ ਉਹ ਆਉਂਦੇ ਪਰ ਉਹਨਾਂ ਨੇ ਜੇ 4.5 ਸਾਲ 'ਚ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਉਤਾਰਿਆ ਗਿਆ ਜੇ ਐਮਪੀ 'ਚ ਕੀਤੀ ਹੋ ਸਕਦੀ ਹੈ ਰਾਜਸਥਾਨ ਚ ਹੋ ਸਕਦੀ ਹੈ ਸ਼੍ਰੀਨਗਰ ਸਪੀਮ ਦੀ ਖੇਤੀ ਹੋ ਸਕਦੀ ਤਾਂ ਪੰਜਾਬ ਚ ਕਿਉਂ ਨਹੀਂ ਚੰਨੀ ਸਾਹਿਬ ਬੜੀ ਫੁਰਤੀ ਨਾਲ ਕੰਮ ਕਰ ਰਹੇ ਨੇ ਵੱਡੀਆਂ ਵੱਡੀਆਂ ਅਨਾਉਂਸਮੈਂਟਸ ਕਰ ਰਹੇ ਨੇ ਜੀ ਜੀ ਪੋਲਿਟਿਕਸ ਅਨਾਉਂਸਮੈਂਟਸ ਵੱਡੀਆਂ ਨਹੀਂ ਕਰਦੇ ਹੁੰਦੇ ਪੋਲਿਟਿਕਸ ਨੋਟੀਫਿਕੇਸ਼ਨਸ ਵੱਡੀਆਂ ਕਰਨੀ ਸਿੱਧੂ ਸਾਹਿਬ ਨੇ ਕਿਹਾ ਸੀ ਜਦੋਂ ਸਾਡੀ ਸਰਕਾਰ ਆ ਗਈ ਮੀਨ ਚੰਨੀ ਸਾਹਿਬ ਦਾ ਜਦੋਂ ਸਰਕਾਰ ਆ ਗਈ ਨਾ ਉਹਨਾਂ ਨੇ ਕਿਹਾ ਸੀ ਮੈਂ ਸੁਖਵੀਰ ਸਿੰਘ ਬਾਦਲ ਦਾ ਨਿਊ ਚੰਡੀਗੜ੍ਹ ਉਹ ਹੈਗਾ ਹੋਟਲ ਹੈਗਾ ਉਹ ਮੈਂ ਹਸਪੀਟਲ ਬਣਾ ਦੇਣਾ ਅਸੀਂ ਜਾ ਕੇ ਆਏ ਆ ਸਾਨੂੰ ਉੱਥੇ ਪਲਾਸ ਦਾ ਨਿਸ਼ਾਨ ਮਿਲਿਆ ਨਹੀਂ ਤੁਸੀਂ ਵੀ ਇੱਕ ਚੱਕਰ ਲਾਇਆ ਹੈ ਸਫਰਿਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਨਿਰਪੱਖ ਪੌਸ ਦੇ ਉੱਪਰ ਸਾਡਾ ਖਾਸ ਪ੍ਰੋਗਰਾਮ ਨਿਰਪੱਖ ਟਾਕ ਤੇ ਨਿਰਪੱਖ ਟਾਕ ਦੇ ਵਿੱਚ ਅਸੀਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲ ਕਰਦੇ ਹਾਂ ਤੇ ਅੱਜ ਵੀ ਇੱਕ ਅਸੀਂ ਖਾਸ ਮੁੱਦੇ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਤੇ ਨਾਲ ਦੇ ਨਾਲ ਤੁਹਾਨੂੰ ਅਸੀਂ ਮਿਲਵਾਨ ਜਾ ਰਹੇ ਹਾਂ ਰਾਸ਼ਟਰੀ ਆਜ਼ਾਦ ਮੰਚ ਪਾਰਟੀ ਜੋ ਕਿ ਇਸ ਵਾਰ ਜੋ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ 2022 ਦੇ ਵਿੱਚ ਉਸ ਦੇ ਲਈ 117 ਸੀਟਾਂ ਤੇ ਆਪਣੀ ਪੂਰੀ ਤਿਆਰੀ ਦੇ ਨਾਲ ਉਤਰਨ ਦੀ ਤਿਆਰੀ ਚ ਨੇ ਆਖਿਰ ਕਿਉਂ ਇਹ ਨਵੀਂ ਪਾਰਟੀ ਹੋਣ ਦੀ ਚਾਹੀਏ ਤੇ ਕਿਸ ਮੋਟਿਵ ਦੇ ਨਾਲ ਕਿਹੜੇ ਮੁੱਦੇ ਨੂੰ ਅੱਗੇ ਲੈ ਕੇ ਜੋ ਹੈ ਇਹ ਵਦਨ ਦੀ ਤਿਆਰੀ ਵਿੱਚ ਨੇ ਆਪਾਂ ਇਸ ਦੇ ਨਾਲ ਇਹਨਾਂ ਦੇ ਨਾਲ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਰਾਸ਼ਟਰੀ ਆਜ਼ਾਦ ਮੰਚ ਪਾਰਟੀ ਦੇ ਪੰਜਾਬ ਪ੍ਰੈਜ਼ੀਡੈਂਟ ਪਰਮਿੰਦਰ ਸਿੰਘ ਬਾਚਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹੀ ਗੱਲ ਕਰਨਾ ਚਾਹੂੰਗੀ ਕਿ ਜਿੱਥੇ ਪਹਿਲਾਂ ਹੀ ਪੰਜਾਬ ਦੇ ਵਿੱਚ ਪਾਰਟੀਆਂ ਤਾਂ ਬਹੁਤ ਨੇ ਕੰਮ ਹਾਲਾਂਕਿ ਉਵੇਂ ਨਹੀਂ ਹੋ ਰਹੇ ਜੋ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹ ਉਵੇਂ ਦੇ ਉਵੇਂ ਹੀ ਪਏ ਨੇ ਅਜਿਹੇ ਵਿੱਚ ਤੁਸੀਂ ਰਾਸ਼ਟਰੀ ਆਜ਼ਾਦ ਮੰਚ ਪਾਰਟੀ ਦਾ ਹਿੱਸਾ ਬਣ ਕੇ ਸਾਹਮਣੇ ਆਉਂਦੇ ਹੋ ਜਿੱਥੇ ਤੱਕ ਮੈਂ ਜਾਣਦੀ ਹਾਂ ਸ਼ਾਇਦ ਤੁਸੀਂ ਪਹਿਲਾਂ ਕਾਂਗਰਸ ਪਾਰਟੀ ਦਾ ਵੀ ਹਿੱਸਾ ਰਹਿ ਚੁੱਕਿਓ ਕੀ ਤੁਹਾਨੂੰ ਇਸ ਸਮੇਂ ਇਹ ਜੀ ਲੱਗੀ ਜ਼ਰੂਰਤ ਕਿ ਇੱਕ ਨਵੀਂ ਪਾਰਟੀ ਦਾ ਹੋਣਾ ਜ਼ਰੂਰੀ ਹੈ ਆ ਮੈਮ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਚਾਹੂੰਗਾ ਜੀ ਤੁਹਾਡਾ ਤੁਸੀਂ ਮੈਨੂੰ ਤੁਹਾਡੇ ਚੈਨਲ ਦੇ ਟਾਈਮ ਦਿੱਤਾ ਜੀ ਦੂਸਰੀ ਗੱਲ ਮੇਰੇ ਖਿਆਲ ਤੁਸੀਂ ਤੁਹਾਡੇ ਕੁਐਸਚਨ ਤੁਸੀਂ ਆਪਣੇ ਆਪ ਹੀ ਆਨਸਰ ਦਿੱਤਾ ਕਿ ਕਿਉਂ ਨਵੀਂ ਪਾਰਟੀ ਦੀ ਲੋੜ ਜੀ ਜੀ ਪਾਰਟੀਆਂ ਆਈਆਂ ਉਹਨਾਂ ਨੇ ਕੰਮ ਜੇ ਕੀਤਾ ਹੁੰਦਾ ਤਾਂ ਨਵੀਂ ਪਾਰਟੀ ਦੀ ਲੋੜ ਨਹੀਂ ਸੀ ਪੈਣੀ ਜੋ ਵੀ ਪਾਰਟੀਆਂ ਆਈਆਂ ਜੇ ਉਹਨਾਂ ਤੋਂ ਕਿਤੇ ਨਾ ਕਿਤੇ ਕੰਮ ਰਹੇ ਜੇ ਉਹ ਲੋਕਾਂ ਦੀ ਉਮੀਦ ਤੇ ਖਰੇ ਨਹੀਂ ਉਤਰੇ ਉਹੀ ਰੀਜ਼ਨ ਸੀ ਕਿ ਨਵੀਆਂ ਪਾਰਟੀਆਂ ਨੂੰ ਉੱਥੇ ਆਉਣਾ ਪਿਆ ਸਾਨੂੰ ਕੋਈ ਐਦਾਂ ਦਾ ਨਹੀਂ ਸੀ ਕਿ ਅਸੀਂ ਨਵੀਂ ਪਾਰਟੀ ਬਣਾ ਕੇ ਲੈ ਕੇ ਆਉਣੀ ਹੈ ਬਟ ਜੇ ਕੰਮ ਨਹੀਂ ਹੋਏ ਤਾਂ ਪੰਜਾਬ ਦੇ ਮਸਲੇ ਹੱਲ ਕਰਨ ਲਈ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪੈਣਾ ਸੋ ਉਹੀ ਅਸੀਂ ਇੱਕ ਸੋਚ ਲੈ ਕੇ ਉਹੀ ਇੱਕ ਸੀ ਟਰੈਕ ਤੇ ਸੋਚਦੇ ਹੋਏ ਅਸੀਂ ਐਸੋਾਰ ਪੰਜਾਬ ਚ 117 ਦੀ 117 ਵਿਧਾਨ ਸਭਾ ਤੇ ਸਾਡੀ ਪਾਰਟੀ ਰਾਸ਼ਟਰੀ ਆਧਵੰਚ ਪਾਰਟੀ ਇਹ ਇਲੈਕਸ਼ਨ ਲੜਨ ਜਾ ਰਹੀ ਹੈ ਜੀ 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 ਬਿਲਕੁਲ ਤੇ ਕਿਉਂਕਿ ਮੈਂ ਸਵਾਲ ਹਮੇਸ਼ਾ ਕਿਉਂਕਿ ਜੋ ਲੋਕਾਂ ਦੇ ਨਾਲ ਪੰਜਾਬ ਦੀ ਜਨਤਾ ਨਾਲ ਜੁੜਿਆ ਉਹ ਸਵਾਲ ਜ਼ਰੂਰ ਮੈਂ ਆਪਣੇ ਹਰ ਇੰਟਰਵਿਊ ਹਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤੇ ਇਹ ਇੱਥੇ ਮੈਂ ਜ਼ਰੂਰ ਜਾਣਨਾ ਚਾਹਾਂਗੀ ਜਿੱਥੇ ਆਪਾਂ ਪਹਿਲਾਂ ਗੱਲ ਕਰ ਲਈਏ ਕਾਂਗਰਸ ਪਾਰਟੀ ਹੈ ਸ਼ਰਮਣੀ ਕਾਲੀਦਾਲ ਆਮ ਆਦਮੀ ਪਾਰਟੀ ਹੈ ਇਹ ਵੀ ਹੁਣ ਤੱਕ ਜੋ ਹੈ ਆਪਣਾ ਜੋ ਭਰੋਸਾ ਹੈ ਉਹ ਗਵਾ ਚੁੱਕੇ ਨੇ ਲੋਕਾਂ ਤੋਂ ਲੋਕ ਉਹਨਾਂ ਜੋ ਪੰਜਾਬ ਦੀ ਜਨਤਾ ਉਹਨਾਂ ਤੇ ਭਰੋਸਾ ਨਹੀਂ ਕਰ bari ਸਮਾਬੋਧ ਘਟ ਰਿਹਾ ਗਿਆ ਇੱਕ ਨਵੀਂ ਪਾਰਟੀ ਦੇ ਤੌਰ ਤੇ ਤੁਸੀਂ ਸਾਹਮਣੇ ਆ ਰਹੇ ਹੋ ਕਿਵੇਂ ਤੁਸੀਂ ਆਪਣੀ ਇੱਕ ਪਛਾਣ ਬਣਾਓਗੇ ਕਿ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਨ ਤੇ ਤੁਹਾਨੂੰ ਵੋਟਾਂ ਪਾਣ ਅਸੀਂ ਐਕਚੁਅਲੀ ਤੁਹਾਡੇ ਨਾਲ ਬਿਲਕੁਲ ਠੀਕ ਹੈ ਸਮਾਗਠ ਰਹਿ ਗਿਆ ਅਸੀਂ ਸਾਡਾ ਜੋ ਬੇਸਿਕ ਬੇਸਿਕ ਅਜੰਡਾ ਹੈ ਸਾਡਾ ਜੀ ਉਹ ਅਸੀਂ ਸਭ ਤੋਂ ਪਹਿਲਾਂ ਤਾਂ ਨੌਜਵਾਨੀ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ ਸਾਡੀ ਪਾਰਟੀ ਚ 85 ਤੋਂ 90% ਜਿਹੜੇ ਕੈਂਡੀਡੇਟਸ ਹੋਣਗੇ ਉਹ ਯੂਥ ਹੋਣਗੇ ਉਹ ਏਜ ਇਜ਼ ਅਰਾਊਂਡ ਅਬਾਊਟ 40 ਐਂਡ ਮੈਕਸਿਮਮ ਅਸੀਂ 50 ਤੱਕ ਜਾਵਾਂਗੇ ਠੀਕ ਹੈ 10% परसंट, 15% ਸਾਡੇ ਚ ਡੈਫੀਨਿਟਲੀ ਸੀਨੀਅਰਸ ਵੀ ਹੋਣਗੇ ਜੋ 60 ਪਲੱਸ ਦੇ ਹੋਣਗੇ ਐਂਡ ਯੂਥ ਲਈ ਤਿੰਨ ਮਹੀਨੇ ਕੰਮ ਕਰਨ ਲਈ ਬਹੁਤ ਹੁੰਦਾ ਜੀ ਯੂਥ ਆਪਣੀ ਪਛਾਣ ਬਣਾ ਸਕਦਾ ਉਹਦੇ ਚ ਬਿਕਾਜ਼ એનર્ਜੀ ਬਹੁਤ ਹੁੰਦੀ ਹੈ ਕੰਮ ਕਰਨ ਦੀ ਕੈਪੈਸਿਟੀ ਬਹੁਤ ਹੁੰਦੀ ਹੈ ਜੀ ਉਹ ਮੈਨੂੰ ਲੱਗਦਾ ਸਾਡੇ ਲਈ ਟਾਈਮ ਇਜ਼ ਗੁੱਡ ਏਨਾਫ ਐਂਡ ਅਸੀਂ ਅ ਪਿਛਲੇ ਤਕਰੀਬਨ ਡੇਡ ਮਹੀਨੇ ਤੋਂ ਸਟਾਰਟ ਕੀਤਾ ਹੈ ਆਲਰੇਡੀ ਵੈਸੇ ਅਸੀਂ 5-6 ਮਹੀਨੇ ਤੋਂ ਸਟਾਰਟ ਕੀਤਾ ਹੋਇਆ ਸੀ ਬਟ ਸਾਡਾ ਆਰਗੇਨਾਈਜੇਸ਼ਨ ਜੋ ਸਟਰਕਚਰ ਤਿਆਰ ਹੋਇਆ ਉਹ ਲਾਸਟ ਮੰਥ ਹੋਇਆ 10 ਤਰੀਕ ਨੂੰ ਜੀ ਹੈਨਾ ਐਂਡ ਅਸੀਂ ਪਿਛਲੇ ਡੇਡ ਮਹੀਨੇ ਚ ਆਲਮੋਸਟ 30 ਪਲੱਸ ਕੈਂਡੀਡੇਟਸ ਫਾਈਨਲ ਕਰ ਚੁੱਕੇ ਹਾਂ ਤੇ ਅਸੀਂ ਵੈਰੀ ਸੂਨ ਅਸੀਂ ਸਾਰੇ ਅਨਾਉਂਸ ਕਰ ਦੇਣੇ ਆ ਜੀ ਉਹ ਠੀਕ ਹੈ ਤੇ ਅਬੇ ਪਾਰਟੀ ਬਾਰੇ ਕਿਉਂ ਨਾ ਥੋੜਾ ਹੋਰ ਮੈਂ ਡਿਟੇਲ ਵਿੱਚ ਜਾਣਾ ਤਾਂ ਕਿ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਵੇਖ ਰਹੇ ਨੇ ਉਹ ਵੀ ਤੁਹਾਡੀ ਰਾਸ਼ਟਰੀ ਆਜ਼ਾਦ ਮੰਚ ਪਾਰਟੀ ਬਾਰੇ ਹੋਰ ਜਾਣ ਸਕਣੇ ਪਾਰਟੀ ਕਦ ਨਾਲ ਜੁੜੇ ਹੋਏ ਨੇ ਇਹ ਪਾਰਟੀ ਸਟਾਰਟ ਹੋਈ ਹੈ ਜੀ 2017 ਚ ਜੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਤਿਆਵਰਤ ਭੌਂਸਲੇ ਜੀ ਜੀ ਉਨ੍ਹਾਂ ਦੀ ਸੋਚ ਮੁਤਾਬਕ ਅਸੀਂ ਪਾਰਟੀ ਸਟਾਰਟ ਕੀਤੀ ਹੈ ਐਂਡ ਬੜਾ ਕਲੀਅਰ ਹੈਗਾ ਜੀ ਉਹ ਇੱਥੇ ਪੰਚਕੁਲੇ ਰੈਜ਼ਾਈਡ ਕਰਦੇ ਨੇ ਜੀ ਤੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਨ ਲਈ ਪ੍ਰੋਪਰ ਮਸਲੇ ਹੱਲ ਕਰਨ ਲਈ ਆ ਰਹੇ ਹਾਂ ਜੋ ਅੱਜ ਦੀ ਡੇਟ 'ਚ ਬੇਸਿਕ ਮਸਲੇ ਆ ਸਾਡੇ ਠੀਕ ਹੈ ਹਾਂਜੀ ਜਿਵੇਂ ਕਿ ਆਪਾਂ ਗੱਲ ਕਰੀਏ ਕਿਉਂਕਿ ਸਾਫ਼ ਤੌਰ ਤੇ ਜਿੰਨੀ ਵੀ ਅਸੀਂ ਪਾਰਟੀਆਂ ਕਹਿ ਸਕਦੇ ਹਾਂ ਪੰਜਾਬ ਦੇ ਮੁੱਦਿਆਂ ਨੂੰ ਹੀ ਅੱਗੇ ਲੈ ਕੇ ਦਾਵਾ ਤਾਂ ਇਹ ਕੀਤਾ ਜਾਂਦਾ ਹੈ ਕਿ ਅਸੀਂ ਲੋਕਾਂ ਨਾਲ ਜੁੜੇ ਮੁੱਦਿਆਂ ਦੇ ਉੱਪਰ ਕੰਮ ਕਰਾਂਗੇ ਪਰ ਉਹ ਕੰਮ ਕਿੰਨੇ ਕੁ ਹੋ ਪਾਉਂਦੇ ਨੇ ਉਹ ਜਦੋਂ ਜਦੋਂ ਰਹਿੰਦਾ ਤਾਂ ਲੋਕਾਂ ਦਾ ਸਿਆਸੀ ਪਾਰਟੀਆਂ ਦੇ ਉੱਪਰ ਮਨ ਉੱਠ ਜਾਂਦਾ ਤੇ ਮੈਂ ਅਗਰ ਇੱਥੇ ਗੱਲ ਕਰਾਂ ਬੇਦਬੀਆਂ ਦਾ ਮੁੱਦਾ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਉੱਪਰ ਹੈ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਜੋ ਹੈ ਚਾਹੁੰਦੇ ਨੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੇਦਬੀ ਮਾਮਲਿਆਂ ਦੇ ਵਿੱਚ ਤੇ ਇਸ ਨੂੰ ਲੈ ਕੇ ਵੀ ਕੀ ਤੁਸੀਂ ਇਸ ਮੁੱਦੇ ਤੇ ਵੀ ਕੋਈ ਕੰਮ ਕਰ ਰਹੇ ਹੋਗੇ ਪਹਿਲਾਂ ਤਾਂ ਮੈਮ ਸਭ ਤੋਂ ਪਹਿਲੀ ਗੱਲ ਦੱਸਾਂ ਤਾਂ ਪਹਿਲਾਂ ਤਾਂ ਬੜੇ ਸ਼ਰਮ ਦੀ ਗੱਲ ਹੈ ਕਿ ਅਸੀਂ ਸਾਡੇ ਪਿਓ ਦੀ ਪੱਗ ਰੋਲੀ ਸਾਡੇ ਪਿਓ ਨੂੰ ਬੇਇੱਜ਼ਤੀ ਕੀਤੀ ਗਈ ਗਲੀਆਂ 'ਚ ਪੱਤਰੇ ਸੁਟੇ ਗਿਆ ਸੀ ਉਹਨੂੰ ਮੁੱਦਾ ਕਹਿ ਰਹੇ ਆ ਸਾਨੂੰ ਵੈਸੇ ਹੀ ਸ਼ਰਮ ਨਾਲ ਮਰ ਜਾਣਾ ਚਾਹੀਦਾ ਤੇ ਉਹ ਚਾਹੇ ਤੁਸੀਂ ਕੁਝ ਵੀ ਲੋ ਮੈਂ ਇਕੱਲਾ ਸਿੱਖ ਧਰਮ ਦੀ ਗੱਲ ਨਹੀਂ ਕਰਦਾ ਤੁਸੀਂ Hindu ਧਰਮ ਹੋਵੇ ਕੁਝ ਵੀ ਹੈ ਨਾ ਬਾਈਬਲ ਹੋਵੇ ਕੁਰਾਨ ਹੋਵੇ ਸਭ ਧਾਰਮਿਕ ਗ੍ਰੰਥਾਂ ਦਾ ਉਹ ਪਵਿੱਤਰ ਨੇ ਸਾਡੇ ਲਈ ਸਾਰੇ ਉਹ ਸਤਕਾਰਯੋਗ ਨੇ ਜੀ ਉਹਨਾਂ ਦੀ ਬੇਅਦਬੀ ਹੋਈ ਤਾਂ ਉਹ ਮੁੱਦਾ ਨਹੀਂ ਰਹਿ ਜਾਂਦਾ ਸਾਡੇ ਲਈ ਸ਼ਰਮ ਦੀ ਗੱਲ ਆ ਉਹ ਐਂਡ ਇਹਦੇ ਤੇ ਅਸੀਂ ਸਾਡਾ ਬੜਾ ਕਲੀਅਰ ਕੱਟ ਹੈਗਾ ਅਸੀਂ ਦੇਖੋ ਪਿਛਲੇ ਟਾਈਮ ਚ ਬੜੀਆਂ ਸਿਟਸ ਬਣੀਆਂ। ਅਕਾਲੀ ਦਲ ਦੇ ਟਾਈਮ ਹੋਇਆ ਉਹਨਾਂ ਦੀ ਇਨਕੁਆਰੀਆਂ ਚੱਲੀਆਂ ਕੁਛ ਨਹੀਂ ਹੋਇਆ। ਕੈਪਟਨ ਸਾਹਿਬ ਨੇ 4.5 ਸਾਲ ਲਾਏ ਕੁਛ ਨਹੀਂ ਹੋਇਆ। ਸਾਡਾ ਬੜਾ ਕਲੀਅਰ ਕੱਟ ਹੈਗਾ ਵਿਦਨ ਫਰਸਟ 3 ਮੰਥਸ ਜਿਹੜੀਆਂ ਆਲਰੇਡੀ ਸਿਟਸ ਬਣੀਆਂ ਹੋਈਆਂ ਨੇ। ਜੋ ਲਫਾਫਾ ਅਜੇ ਤੱਕ ਖੁੱਲਣ ਨਹੀਂ ਦਿੱਤਾ ਜਾ ਰਿਹਾ ਹਾਈ ਕੋਰਟ ਚ ਉਹ ਚੈੱਕ ਕਰਕੇ ਜੇ ਉਹ ਸਭ ਦੀ ਰਿਪੋਰਟ ਸੇਮ ਹੋਣਗੀਆਂ ਤਾਂ ਪਹਿਲੇ 3 ਮਹੀਨੇ ਚ ਇਹਦਾ ਡਿਸੀਜਨ ਆਏਗਾ। ਜੇ ਕਿਤੇ ਕਿਸੇ ਪੁਆਇੰਟ ਤੇ ਡਿਫਰੈਂਸ ਹੋਏਗਾ ਉਹਦੇ ਲਈ ਨੈਕਸਟ 3 ਮਹੀਨੇ ਹੋਰ ਲਵਾਂਗੇ ਬਟ 6 ਮਹੀਨੇ ਦੇ ਵਿੱਚ ਵਿੱਚ ਇਹ ਕੁਛ ਵੀ ਹੋਵੇ ਠੀਕ ਹੈ ਠੀਕ ਹੈ ਬਿਲਕੁਲ ਯਾਨੀ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਤੁਹਾਡੀ ਪਾਰਟੀ ਵੱਲੋਂ ਇਨਸਾਫ ਜਹਾਨ ਲਈ ਹਰੋ ਕਦਮ ਚੱਕਿਆ ਜਾਏਗਾ ਪਰ ਇੱਥੇ ਜ਼ਰੂਰ ਇਹ ਵੀ ਜਾਣਨਾ ਚਾਹੂੰਗੀ ਕਿ ਹੋਰ ਕਿਹੜੇ-ਕਿਹੜੇ ਮੁੱਦਿਆਂ ਤੇ ਤੁਹਾਡੀ ਪਾਰਟੀ ਵੱਲੋਂ ਕੰਮ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੀਆਂ ਬਹੁਤ ਸਾਰੀਆਂ ਸੀ ਕਹਿ ਸਕਦੇ ਆ ਪ੍ਰੋਬਲਮਸ ਨੇ ਜਿਨ੍ਹਾਂ ਉੱਪਰ ਸਿਆਸੀ ਪਾਰਟੀਆਂ ਸਿਆਸਤ ਵਿੱਚ ਆਉਣ ਤੋਂ ਬਾਅਦ ਸਿਰਫ ਉਸ ਨੂੰ ਆਪਣਾ ਚੋਣਾ ਜਿੱਤਣ ਦਾ ਇੱਕ ਮੁੱਦਾ ਬਣਾ ਲੈਂਦੇ ਨੇ ਲੇਕਿਨ ਉਹਨਾਂ ਦੇ ਉੱਪਰ ਹਕੀਕਤ ਦੇ ਵਿੱਚ ਕੰਮ ਜੋ ਹੈ ਘੱਟ ਹੁੰਦੇ ਨੇ ਪਰ ਇਹ ਵੀ ਜਾਣਨ ਇਹੀ ਇਸ ਲਈ ਮੈਂ ਜਾਣਨਾ ਚਾਹੂੰਗੀ ਤੁਹਾਡੀ ਪਾਰਟੀ ਜੋ ਗੱਲਾਂ ਕਹੇਗੀ ਕਿਹੜੇ ਕਿਹੜੇ ਗੱਲਾਂ ਦੇ ਉੱਪਰ ਚੱਲੇਗੀ ਔਰ ਕਿਹੜੇ ਕਿਹੜੇ ਕੰਮ ਯਕੀਨੀ ਤੌਰ ਤੇ ਕੀਤੇ ਜਾਣਗੇ ਅਸੀਂ ਸਭ ਤੋਂ ਪਹਿਲਾਂ ਤਾਂ ਅੱਜ ਪੰਜਾਬ ਸਾਡਾ 75% ਦੇ ਆਸ-ਪਾਸ ਜੋ ਖੇਤੀ ਨਾਲ ਸੰਬੰਧਿਤ ਹੈ ਜੀ ਅਸੀਂ ਸਿਰਫ ਖੇਤੀ ਨੂੰ ਉੱਚਾ ਚੁੱਕ ਲਈਏ ਨਾ ਤਾਂ ਤੁਸੀਂ ਸਮਝੋ ਅਸੀਂ ਪੰਜਾਬ ਦਾ ਸਿਸਟਮ ਠੀਕ ਕਰ ਲੈਣਾ ਹੂੰ ਹੂੰ ਉਹ ਦੱਸਦਾ ਤੁਹਾਨੂੰ ਜਿਵੇਂ ਕਿਸ ਤਰ੍ਹਾਂ ਅਸੀਂ ਪੰਜਾਬ ਚ ਓਪੀਐਮ ਫਾਰਮਿੰਗ ਸਟਾਰਟ ਕਰਨਾ ਚਾਹੁੰਦੇ ਸਾਡੀ ਪਾਰਟੀੋਂ ਤੇ ਡੈਫੀਨਿਟਲੀ ਉਹ ਸਟਾਰਟ ਹੋਏਗੀ ਐਂਡ ਉਹ ਕੋਈ ਇਹ ਨਹੀਂ ਕਿ ਇੱਕ ਬੰਦੇ ਨੂੰ ਅਸੀਂ 200 ਕਿੱਲੋ ਦੇ ਤਾਂ 500 ਕਿੱਲੋ ਫਾਰਮਿੰਗ ਕਰਨ ਲਈ ਤਾਂ ਅਸੀਂ ਉਹ ਤੁਸੀਂ ਪਿਛਲੇ 4-5 ਸਾਲ ਤੋਂ ਇੱਕ ਵਰਡ ਸੁਣਿਆ ਹੋਣਾ ਸੱਤ ਸਾਲ ਤੋਂ ਮਾਫੀਆ ਜੀ ਜੀ ਬਿਲਕੁਲ ਅਸੀਂ ਕੋਈ ਮਾਫੀਆ ਨਹੀਂ ਬਣਨ ਦੇਣਾ ਜੀ ਪੰਜਾਬ ਦਾ ਹਰ ਛੋਟੇ ਤੋਂ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਉਹ ਜੋ ਵੀ ਇੱਕ ਪੈਟਰਨ ਬਣੇਗਾ ਉਹਨੂੰ ਉਹਦੇ ਅਕੋਰਡਿੰਗ ਉਹਦਾ ਲਾਇਸੈਂਸ ਮਿਲੇਗਾ ਫਾਰ ਇਗਜ਼ਾਮਪਲ ਉਹ ਪੈਟਰਨ ਬੰਦਾ 1 ਏਕੜ ਦਾ ਜੇ ਕਿਸੇ ਕੋਲ 2 ਏਕੜ ਜ਼ਮੀਨ ਹੈ ਉਹ ਵੀ 1 ਏਕੜ ਚ ਓਪੀਐਮ ਫਾਰਮਿੰਗ ਕਰੇਗਾ ਜੇ ਕਿਸੇ ਕੋਲ 200 ਏਕੜ ਜ਼ਮੀਨ ਹੈ ਉਹ ਵੀ 1 ਏਕੜ ਚ ਹੀ ਕਰ ਪਾਏਗਾ ਉਹਦੇ ਨਾਲ ਕੀ ਹੈ ਪੰਜਾਬ ਚ 75% ਲੋਕਾਂ ਕੋਲੇ ਜੇ ਪੈਸਾ ਹੁੰਦਾ ਉਹ ਫਾਈਨੈਂਸ਼ੀਅਲੀ ਸਟਰੋਂਗ ਹੁੰਦੇ ਆ ਉਹਦੇ ਦੋ ਬੈਨੀਫਿਟਸ ਹੋਣਗੇ ਸਾਨੂੰ ਪਹਿਲੀ ਗੱਲ ਜੋ ਸਾਡੀ ਕਿਸਾਨੀ ਅੱਜ ਆਤਮ ਹੱਤਿਆ ਵੱਲ ਤੁਰ ਰਹੀ ਹੈ ਉਹ ਤੋਂ ਬਚੇਗੀ ਦੂਸਰੀ ਜੋ ਸਾਡੀ ਅੱਜ ਨੌਜਵਾਨੀ ਡਰੱਗਸ ਵਾਲ ਤੁਰ ਰਹੀ ਐ ਸਿੰਥੈਟਿਕ ਡਰੱਗਸ ਵਾਲ ਤੁਰ ਰਹੀ ਐ ਉਹ ਤੋਂ ਬਚੇਗੀ ਤੀਸਰੀ ਗੱਲ 'ਚ 75% ਆਫ ਪੋਪੂਲੇਸ਼ਨ ਦੀ ਪੰਜਾਬ ਕੋਲੇ ਜੇ ਪੈਸਾ ਹੋਏਗਾ ਉਹ ਡੈਫੀਨਿਟਲੀ ਉਹਨੇ ਪੈਸਾ ਲਾਉਣਾ ਕਿੱਥੇ ਆ ਨੈਚੁਰਲੀ ਉਹ ਬਾਕੀ 25% ਸਰਕੂਲੇਟ ਹੋਣਾ ਅੱਜ ਤੁਹਾਡੇ ਕੋਲ ਪੈਸਾ ਆਉਂਦਾ ਤੁਸੀਂ ਸ਼ਾਪਿੰਗ ਵੀ ਕਰੋਗੇ ਤੁਸੀਂ ਕਾਰ ਵੀ ਲਓਗੇ ਤਾਂ ਉਹਦੇ ਨਾਲ ਸਭ ਨੂੰ ਰੋਜ਼ਗਾਰ ਮਿਲੇਗਾ ਸੇਮ ਇਜ਼ ਵਿਦ ਸਾਡਾ ਜੋ ਪਲਾਨਸ ਹੈਗੇ ਆ ਜੋ ਸਾਡੀ ਫਾਰਮਿੰਗ ਹੋਏਗੀ ਉਹ ਮੈਡੀਸਿਨ ਸਰਕਾਰ ਹੀ ਲਏਗੀ ਉਹ ਠੀਕ ਹੈ ਉਹ ਜੋ ਫਸਲ ਹੋਏਗੀ ਉਹ ਸਰਕਾਰ ਲਏਗੀ ਐਂਡ ਮੈਡੀਸਨ ਕੰਪਨੀਆਂ ਨੂੰ ਦੇਣੀ ਹੈ ਜੀ ਉਹ ਉਹਦੇ ਲਈ ਜੋ ਯੂਨਿਟਸ ਲੱਗਣਗੇ ਉੱਥੇ ਲੋਕਾਂ ਨੂੰ ਮ ਜਦੂਰਾਂ ਨੂੰ ਨੌਜਵਾਨਾਂ ਨੂੰ ਪੜ੍ਹੇ ਲਿਖਿਆ ਨੂੰ ਰੋਜ਼ਗਾਰ ਵੀ ਮਿਲੇਗਾ ਜੀ 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 ਬਿਲਕੁਲ ਤੇ ਤੁਹਾਡੀ ਪਾਰਟੀ ਵੱਲੋਂ ਮੁੱਖ ਚਿਹਰਾ ਕੌਣ ਰਹੇਗਾ ਜਿਸ ਨੂੰ ਲੈ ਕੇ ਤੁਸੀਂ ਅੱਗੋਂ ਪ੍ਰਚਾਰ ਕਰੋਗੇ ਤਾਂ ਕਿ ਕਿਉਂਕਿ ਹਰ ਪਾਰਟੀ ਦੀ ਇਹ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਕੋਈ ਅਜਿਹਾ ਚਿਹਰਾ ਲੈ ਕੇ ਆਇਆ ਜਾਈਏ ਜਿਸ ਦੇ ਉੱਪਰ ਲੋਕ ਆਪਣੇ ਆਪ ਨੂੰ ਜੋੜ ਸਕਣ ਜਿਸ ਦੇ ਉੱਪਰ ਭਰੋਸਾ ਕਰ ਸਕਣ ਤੇ ਤੁਹਾਡੀ ਪਾਰਟੀ ਵੱਲੋਂ ਕਿਹੜਾ ਚਿਹਰਾ ਸਾਡੀ ਸਾਡੀ ਪਾਰਟੀ ਵੱਲੋਂ ਜਿੰਨੇ ਸਾਡੇ ਕੈਂਡੀਡੇਟ ਨੇ ਜੀ ਸਾਰੇ ਮੁੱਖ ਚਿਹਰੇ ਨੇ ਪੰਜਾਬ ਦਾ ਕੋਈ ਵੀ ਚਿਹਰਾ ਮਾੜਾ ਨਹੀਂ ਹੈ ਜੇ ਸਿਰਫ ਅੱਜ ਦੀ ਡੇਟ 'ਚ ਮੈਂ ਤੁਸੀਂ ਵੇਖੋਗੇ ਨਾ ਸਿਆਸਤ ਹੈ ਜੋ ਉਹ ਚਿਹਰਿਆਂ ਦੀ ਨਹੀਂ ਰਹੀ ਜੇ ਸਿਰਫ ਚਿਹਰਿਆਂ ਦੀ ਰਹਿ ਗਈ ਹੁੰਦੀ ਤਾਂ ਯਕੀਨ ਮੰਨਿਓ ਕੈਪਟਨ ਸਾਹਿਬ ਨੂੰ ਉਤਾਰਿਆ ਨਹੀਂ ਸੀ ਜਾਨਾ ਬਹੁਤ ਵੱਡਾ ਚਿਹਰਾ ਹੈ ਉਹ ਆਪਦੇ ਆਪ ਪਰ ਉਹਨਾਂ ਨੇ ਜੇ 4.5 ਸਾਲ ਚ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਉਤਾਰਿਆ ਗਿਆ ਠੀਕ ਹੈ ਅਗੇਨ ਜੇ ਆਪਾਂ ਗੱਲ ਕਰੀਏ ਫੇਰ ਜੋ ਨਵੇਂ ਆਏ ਨਵੇਂ ਆਨੇ ਆ ਕੇ ਬੜਾ ਕੁਝ ਕੀਤਾ ਬਹੁਤ ਕੁਝ ਅਨਾਉਂਸਮੈਂਟ ਕੀਤਾ ਅਗੇਨ ਜੇ ਆਪਾਂ ਨੋਟੀਫਿਕੇਸ਼ਨਸ ਦੀ ਗੱਲ ਕਰੀਏ ਉਹ ਉੱਥੇ ਉਹ ਵੀ ਫੇਲ ਨੇ ਪਿਛਲੇ 1 ਸਵਾ ਮਹੀਨੇ ਤੋਂ ਚੰਨੀ ਸਾਹਿਬ ਆਏ ਹਨ ਪਹਿਲੇ 20 ਤੋਂ 25 ਦਿਨ ਸਿੱਧੂ ਸਾਹਿਬ ਦਾ ਤੇ ਚੰਨੀ ਸਾਹਿਬ ਦਾ ਕਲੈਸ਼ ਨਿਕਲ ਗਏ ਹੁਣ ਪਿਛਲੇ ਇੱਕ ਹਫਤੇ ਤੋਂ ਹਰ ਰੋਜ਼ ਅਰੂਸਾ ਮੈਡਮ ਡਿਸਕਸ ਹੋ ਰਹੇ ਨੇ ਯਾਰ ਅਰੂਸਾ ਨੂੰ ਅਸੀਂ 2 ਦਿਨ 4 ਦਿਨ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਵੀ ਕਰ ਸਕਦੇ ਹਾਂ ਬਟ ਅੱਜ ਤੁਸੀਂ ਪੰਜਾਬ ਦੇ ਸੜਕਾਂ ਤੇ ਯੂਥ ਰੋਲ ਰਹੇ ਬਿਅਰਗ ਸਾਡੇ ਸਰਹੱਦਾਂ ਤੇ ਬੈਠੇ ਸ਼ਰਮ ਆਉਣੀ ਚਾਹੀਦੀ ਹੈ ਜੀ ਗੱਲਾਂ ਕਰਦੇ ਆਂ ਅਸੀਂ ਕੈਨੇਡਾ ਅਮਰੀਕਾ ਦੀਆਂ ਸਾਨੂੰ ਬਾਦਲ ਸਾਹਿਬ ਕਹਿੰਦੇ ਸੀ ਮੈਂ ਕੈਲੀਫੋਰਨੀਆ ਬਣਾ ਦੇਣਾ ਇੱਕ ਵਾਰ ਨੂੰ ਕੋ ਕੈਲੀਫੋਰਨੀਆ ਜਾ ਕੇ ਆਓ ਜਾ ਕੇ ਵੇਖੋ ਉੱਥੇ 60 ਸਾਲ ਤੋਂ ਬਾਅਦ ਬੰਦੇ ਨੂੰ ਪੈਨਸ਼ਨ ਮਿਲਦੀ ਹੈ ਸਾਡੇ ਬਿਰਗੇ ਤੇ 90 90 ਸਾਲ ਦੇ ਬਾਰਡਰਾਂ ਤੇ ਬੈਠੇ ਆ ਬਾਰਡਰਾਂ ਨੂੰ ਵੀ ਛੱਡੋ ਪੰਜਾਬ 'ਚ ਵੀ ਜਦੋਂ ਮੰਡੀ 'ਚ ਜਾਂਦੇ ਆ ਜੀ ਮੈਡਮ ਪੰਜ ਪੰਜ ਛੇ ਛੇ ਦਿਨ ਬੈਠਦੇ ਚ ਉਹਨਾਂ ਨੇ ਚੱਕਿਆਂ ਦਾ ਕੰਮ ਚੱਕੀ ਜਾਂਦੀ ਹਰ ਰੋਜ਼ ਡਰ ਹੁੰਦਾ ਮੈਨੂੰ ਆਵੇ ਕਿ ਤੇ 6 ਮਹੀਨੇ ਦੀ ਕੀਤੀ ਕਰਾਈ ਮਿਹਨਤ ਜ਼ੀਰੋ ਨਾ ਹੋ ਜਾਵੇ ਸੋ ਇਹ ਸਭ ਚੀਜ਼ਾਂ ਦੇ ਧਿਆਨ ਦੇਣ ਦੀ ਲੋੜ ਹੈ ਜੋ ਜੋ ਸਾਨੂੰ ਲੱਗਦਾ ਹੈ ਅਸੀਂ ਕਈ ਕਰਾਂਗੇ ਪਰ ਮੈਂ ਇੱਥੇ ਇੱਥੇ ਗੱਲ ਜ਼ਰੂਰ ਕਰਨਾ ਚਾਹਾਂਗੇ ਜਦੋਂ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਉਹਨਾਂ ਨੇ ਵੀ ਲੋਕ ਹਿੱਤਾਂ ਦੀ ਗੱਲ ਕੀਤੀ ਲੋਕ ਮੁੱਦਿਆਂ ਦੀ ਗੱਲ ਕੀਤੀ ਲੋਕਾਂ ਨੂੰ ਇੱਕ ਵਾਰ ਉਹਨਾਂ ਤੇ ਭਰੋਸਾ ਵੀ ਹੋ ਗਿਆ ਸੀ ਪਰ ਉਹ ਆਪਣੀ ਉਹ ਸਾਖ ਨਹੀਂ ਬਣਾ ਸਕੀ ਤੇ ਤੁਹਾਡੀ ਪਾਰਟੀ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਨਵੇਂ ਤੌਰ ਤੇ ਪੰਜਾਬ ਦੇ ਵਿੱਚ ਤੁਸੀਂ ਆ ਰਹੇ ਹੋ ਰਾਸ਼ਟਰੀ ਆਜ਼ਾਦ ਮੰਚ ਪਾਰਟੀ ਕਿਸ ਤਰੀਕੇ ਨਾਲ ਕਿਹੜੀਆਂ ਤੁਹਾਡੇ ਅੱਗੇ ਗਤੀਵਿਧੀਆਂ ਆ ਜਾਂ ਕਿਹੜੀ ਰਣਨੀਤੀ ਤੁਹਾਡੇ ਅੱਗੇ ਰਹਿਣ ਵਾਲੀ ਹੈ ਕਿ ਲੋਕ ਤੁਹਾਡੇ ਨਾਲ ਤੁਹਾਡੀ ਪਾਰਟੀ ਨਾਲ ਰਿਲੇਟ ਕਰ ਸਕਣ ਜਾਂ ਤੁਹਾਡੇ ਉੱਪਰ ਭਰੋਸਾ ਕਰ ਸਕਣ ਦੇਖੋ ਸਾਡੀ ਜੋ ਵੀ ਹੈਗੇ ਸਾਰਾ ਸਿਸਟਮ ਪੰਜਾਬ ਤੋਂ ਸੈਟਪ ਚੱਲਦਾ ਹੈ ਜੀ ਆਮ ਆਦਮੀ ਪਾਰਟੀ ਦਾ ਜੋ ਵੀ ਸਿਸਟਮ ਚੱਲਦਾ ਦਿੱਲੀ ਤੋਂ ਚੱਲਦਾ ਹੂੰ ਹੂੰ ਦਿੱਲੀ ਤੋਂ ਵੀ ਨਹੀਂ ਰਾਦਰ ਮੈਂ ਤਾਂ ਕਹੂੰਗਾ ਟਵਿੱਟਰ ਤੋਂ ਚੱਲਦੀ ਹੈ ਜੀ ਪਾਰਟੀ ਤੁਸੀਂ ਵੇਖੋ ਸੁੱਚਾ ਸਿੰਘ ਛੋਟੇਪੁਰ ਨੇ ਆਪਦੀ ਜ਼ਿੰਦਗੀ ਦਾ ਬਹੁਤ ਅਹਿਮ ਟਾਈਮ ਲਾਇਆ ਆਮ ਆਦਮੀ ਪਾਰਟੀ ਨੂੰ ਖੜੇ ਕਰਨ ਲਈ ਬਿਲਕੁਲ ਕੇਜਰੀਵਾਲ ਸਾਹਿਬ ਨੇ ਟਵੀਟ ਕੀਤਾ ਛੋਟੇ ਪਰ ਸਾਹਬ ਬਾਹ ਹਮ ਸੁਖਪਾਲ ਸਿੰਘ ਖੈਰਾ ਨੇ ਆ ਕੇ ਪਾਰਟੀ ਨੂੰ ਚੁੱਕਣ ਲਈ ਬਹੁਤ ਕੁਝ ਲਾਇਆ ਬਹੁਤ ਕੁਝ ਬੋਲੇ ਉਹ ਹਮ ਕੇਰਿਵਾਲ ਸਾਹਿਬ ਨੇ ਟਵੀਟ ਕੀਤਾ ਹਮ ਖਰਾ ਸਾਬ ਬਾਤ ਜੋ ਵੀ ਪਾਰਟੀ ਚ ਇਹਨਾਂ ਦੇ ਜੋ ਵੀ ਕੋਈ ਕੰਮ ਕਰਦਾ ਹੁਣ ਪਿਛਲੇ 5-7 ਸਾਲ ਤੋਂ ਤੁਸੀਂ ਕੰਟੀਨਿਊ 7 ਸਾਲ ਹੋ ਗਿਆ ਆਈ ਥਿੰਕ ਭਗਵੰਤ ਮਾਨ ਸਾਹਿਬ ਬੜੇ ਜੋਰਾਂ ਸ਼ੋਰਾਂ ਤੇ ਲੱਗਿਆ ਕਿ ਮੈਨੂੰ ਅਨਾਉਂਸ ਕਰੋ ਮੈਨੂੰ ਅਨਾਉਂਸ ਕਰੋ ਐਂਡ ਕੇਰਿਵਾਲ ਸਾਹਿਬ ਕਹਿੰਦੇ ਜੋ ਕੋਈ ਵਧੀਆ ਕੰਮ ਕਰੇਗਾ ਉਹਨੂੰ ਅਨਾਉਂਸ ਕਰਾਂਗੇ ਤੁਹਾਨੂੰ ਭਗਵੰਤ ਮਾਨ ਤੇ ਯਕੀਨ ਨਹੀਂ ਹੈ ਚਲੋ ਮੰਨ ਲਓ 1% ਯਕੀਨ ਕਰਕੇ ਉਹਨੂੰ ਅਨਾਉਂਸ ਕੀਤਾ ਜਾਂਦਾ ਸੀ ਐਮ ਕੈਂਡੀਡੇਟ ਠੀਕ ਹੈ ਜੀ ਜਿਵੇਂ ਤੁਸੀਂ ਪਹਿਲਾਂ ਮੈਨੂੰ ਚਿਹਰਿਆਂ ਦੀ ਗੱਲ ਕੀਤੀ ਸੀ ਅਨਾਉਂਸ ਕੀਤਾ ਜਾਂਦਾ 1% ਮੰਨ ਕੇ ਚਲੋ 1% ਵੀ ਬੜਾ ਵੱਡਾ ਪੁਆਇੰਟ ਕਹਿ ਰਿਹਾ ਮੈਂ ਵੈਸੇ ਉਹਨਾਂ ਦੀ ਸਰਕਾਰ ਆ ਜਾਂਦੀ ਹੈ ਠੀਕ ਹੈ ਜੀ ਕੀ ਯਕੀਨ ਹੈ ਵੀ ਭਗਵੰਤ ਮਾਨ ਸਾਹਿਬ ਨੂੰ ਬਾਅਦ ਚੋਂ ਥੋ ਟਵੀਟ ਨਹੀਂ ਆਊਗਾ ਕਿ ਭਗਵੰਤ ਮਾਨ ਸਾਹਿਬ ਬਾਹਰ ਕੋਈ ਨਵਾਂ ਬੰਦਾ ਵੇਖਦੇ ਐਂਡ ਮੈਂ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ ਬਟ ਖਬਰਾਂ ਤੁਸੀਂ ਤੁਸੀਂ ਜ਼ਿਆਦਾ ਫੀਲਡਸ 'ਚ ਰਹੇ ਹੋ ਚੈੱਕ ਕਰੋ ਕੇਜਰੀਵਾਲ ਸਾਹਿਬ ਦੀ ਵਾਈਫ ਦੀ ਕਹਿੰਦੇ ਬਰਨਾਲੇ ਵੋਟ ਬਣ ਗਈ ਹੈ ਓਕੇ ਐਂਡ ਉਹੀ ਜੇ ਆਉਂਦੇ ਤਾਂ ਉਹ ਸੀਐਮ ਦਾ ਚਿਹਰਾ ਲੈ ਕੇ ਉਹਨਾਂ ਨੂੰ ਆ ਰਹੇ ਆ ਕੀ ਗੱਲ ਉਹਨਾਂ ਨੂੰ ਪੰਜਾਬ ਦੀ 5 ਕਰੋੜ ਵਾਦੀ ਚੋਂ ਕਿਸੇ ਇੱਕ ਬੰਦੇ ਤੇ ਵੀ ਯਕੀਨੀ ਨਹੀਂ ਉਹਨਾਂ ਨੂੰ ਕੋਈ ਮਿਲ ਨਹੀਂ ਰਿਹਾ ਇੱਥੇ ਕੈਂਡੀਡੇਟ ਕਿਉਂ ਸਾਰੇ ਇੰਨੇ ਇਨਸਫੀਸ਼ੀਐਂਟ ਜੀ ਉਹਨਾਂ ਨੂੰ ਫਿਰ ਵਿਲੇ ਕਰ ਦੇਣਾ ਚਾਹੀਦਾ ਸਾਰੇ ਬੰਦੇ ਦਿੱਲੀ ਤੋਂ ਲਿਆਓ ਉੱਥੇ ਹੀ ਲਿਆ ਕੇ ਲੜਾ ਕੇ ਵੇਖ ਲਓ ਹੈਨਾ ਜੇ ਤੁਹਾਨੂੰ ਯਕੀਨੀ ਨਹੀਂ ਸਾਡਾ ਜੋ ਵੀ ਸਿਸਟਮ ਸੈਟਅਪ ਹੈ ਸਾਰਾ ਸਾਡਾ ਪੰਜਾਬ ਤੋਂ ਹੀ ਹੋਣਾ ਹੈ ਉਹ ਇੱਕ ਵੱਡਾ ਰੀਜ਼ਨ ਹੈ ਜੋ ਵੀ ਸਾਡੇ ਡਿਸੀਜਨ ਹੋਣੇ ਆ ਅਸੀਂ ਪੰਜਾਬ ਤੋਂ ਹੀ ਲੈਣੇ ਆ ਇੱਥੇ so that ਸਾਡੇ ਦੇ ਲੋਕ ਭਰੋਸਾ ਜਤਾਉਣਗੇ ਉਹੀ ਇੱਕ ਰੀਜ਼ਨ ਹੈ ਕਿ ਸਾਨੂੰ ਲੱਗਦਾ ਸੀ ਪੰਜਾਬ ਨੂੰ ਨਾ ਕੈਲੀਫੋਰਨੀਆ ਬਣਾਉਣਾ ਜੀ ਨਾ ਦਿੱਲੀ ਬਣਾਉਣਾ ਅਸੀਂ ਪੰਜਾਬ ਨੂੰ ਆਪਦਾ ਉਹੀ ਮੁੜ ਮੁੜ ਕੇ ਪੰਜਾਬ ਬਣਾ ਹੱਸਦਾ ਵਸਦਾ ਪੰਜਾਬ ਬਣਾਉਣਾ ਜੋ ਆਲਰੇਡੀ ਹੈਗਾ ਸੀ ਜੀ ਜੀ ਬਿਲਕੁਲ ਤੇ ਜਿਵੇਂ ਤੁਸੀਂ ਪਹਿਲਾਂ ਕੀਤੀ ਕਿ ਤੁਸੀਂ او پی ایم ਦੀ ਫਾਰਮਿੰਗ یعنی کہ افیم ਦੀ ਖੇਤੀ ਦਾ ਜੋ کہہ ਰਹੇ ਹੋ ਕਿ ਇੱਥੇ ਵਧਾ ਕੇ ਜੋ ਕਿਸਾਨ ਨੇ ਉਹਨਾਂ ਕੋਲ ਪੈਸਾ ਆ ਸਕੇ ਉਹ ਜੀ ਤੁਸੀਂ ਜੋ پلان ਜੋ ਹੈ ضرور ਬਣਾਇਆ ਹੈ ਪਰ ਇਹ ਗੱਲਾਂ ਹੋਰ ਪਾਰਟੀਆਂ ਵੀ ਸੋਚਦੀਆਂ मतलब ਚਾਹੇ ਆਪਾਂ ਜਿਹੜੇ ਵੀ ਮੁੱਦੇ ਦੀ ਗੱਲ ਕਰੀਏ ਹੋਰ ਪਾਰਟੀਆਂ ਜਿੰਨੀਆਂ ਵੀ ਪਾਰਟੀਆਂ ਨੇ ਉਹ ਸਾਰੀਆਂ ਇਹਨਾਂ ਮੁੱਦਿਆਂ ਉੱਪਰ ਹੀ ਗੱਲ ਕਰਦੀਆਂ ਨੇ ਪਰ ਕਿੱਥੇ ਰਾਸ਼ਟਰੀ ਆਜ਼ਾਦ ਮਨਚ ਪਾਰਟੀ ਕਿੱਥੇ ਆ ਕੇ ਵੱਖ ਹੁੰਦੀ ਹੈ ਕਿਵੇਂ ਤੁਹਾਨੂੰ ਤੁਹਾਨੂੰ ਬਿਹਤਰ ਸਮਝਿਆ ਜਾ ਸਕਦਾ باقی ਪਾਰਟੀਆਂ ਤੋਂ ਕਿਉਂਕਿ ਸਿਆਸਤ ਇਹ ਜੀ ਚੀਜ਼ ਹੈ ਕੈਨ ਨੂੰ ਸਾਰੇ ਇੱਕੋ ਗੱਲ ਨੂੰ ਕਹਿ ਕੇ ਕਿ ਵੋਟਾਂ ਲੈਣ ਦੀ ਗੱਲ ਕਰਦੇ ਨੇ ਪਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਹੈ ਉਸ ਤੋਂ ਬਾਅਦ ਸਭ ਚੀਜ਼ਾਂ ਬਦਲ ਜਾਂਦੀਆਂ ਤੁਸੀਂ ਵੇਖੋ ਮੰਨ ਲਓ ਆਪਾਂ ਗੱਲ ਕਰੀ ਬਾਕੀ ਪਾਰਟੀਆਂ ਵੀ ਕਰ ਰਹੀਆਂ ਨੇ ਤੁਸੀਂ ਆਲਰੇਡੀ ਵੇਖ ਲਿਆ ਸੁਖਵੀਰ ਸਿੰਘ ਬਾਦਲ ਨੇ 10 ਸਾਲ ਉਹਨਾਂ ਕੋਲ ਟਾਈਮ ਸੀ ਉਹ ਕਰ ਸਕਦੇ ਸੀ ਜੇ ਕਰਨਾ ਹੁੰਦਾ ਅਗੇਨ ਜੇ ਆਪਾਂ ਗੱਲ ਕਰੀ ਕਾਂਗਰਸ ਦੀ ਉਹ ਕਰ ਸਕਦੇ ਸੀ ਇੱਕ ਬੜਾ ਸਿੰਪਲ ਕੰਮ ਹੁੰਦਾ ਹੈ ਇਹ ਸਟਾਰਟ ਕਰਨ ਲਈ ਇੱਕ ਆਪਣਾ ਐਨਡੀਪੀਸੀ ਐਕਟ ਹੈ ਵਿਚ ਸੋਧ ਕਰਨੀ ਹੈ ਠੀਕ ਹੈ ਜੀ ਦੂਸਰਾ ਤੁਸੀਂ ਵਿਧਾਨ ਸਭਾ ਚ ਮਤਾ ਪਾ ਕੇ ਸੈਂਟਰ ਨੂੰ ਭੇਜਣਾ ਹੈ ਜੇ ਐਮਪੀ ਚ ਖੇਤੀ ਹੋ ਸਕਦੀ ਹੈ ਹੂੰ ਹੂੰ ਰਾਜਸਥਾਨ ਚ ਹੋ ਸਕਦੀ ਹੈ ਸ਼੍ਰੀਨਗਰ ਚ ਫੀਮ ਦੀ ਖੇਤੀ ਹੋ ਸਕਦੀ ਤਾਂ ਪੰਜਾਬ ਚ ਕਿਉਂ ਨਹੀਂ ਹੂੰ ਜੀ ਉਹਦੇ ਨਾਲ ਕੀ ਇਹ ਲੀਡਰਸ ਸਿਰਫ ਤੇ ਸਿਰਫ ਇੱਕ ਆਪਣਾ ਆਪਣਾ ਦਾਇਰਾ ਬਣਾ ਕੇ ਬੈਠੇ ਹੋਏ ਆ ਜੀ ਸਿਰਫ ਆਪਣਾ ਘਰ ਪਰਣ ਲਈ ਜੇ ਲੋਕਾਂ ਨੂੰ ਸੋਚਦੇ ਤਾਂ ਇਹ ਕਰ ਸਕਦੇ ਸੀ ਸਟਾਰਟ ਇਹਦੇ ਕੋਈ ਔਖਾ ਕੰਮ ਹੈ ਹੀ ਨਹੀਂ ਸਿੰਪਲ ਐਗਜ਼ਾਮਪਲ ਦੇਣੀ ਨਾ ਸੈਂਟਰ ਨੂੰ ਵੀ ਬਾਕੀ 10 ਸਟੇਟਾਂ ਕਰ ਰਹੀਆਂ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਜੀ 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 ਬਿਲਕੁਲ ਤੇ ਫਿਰ ਯਾਨੀ ਤੁਸੀਂ ਪੂਰੇ ਉਮੀਦਵਾਰਾਂ ਨਾਲ ਇਹ ਕਹਿ ਸਕਦੇ ਹੋ ਕਿ ਹੁਣ ਜਦੋਂ ਵਿਧਾਨ ਸਭਾ ਚੋਣਾਂ ਆ ਲਈ ਤੁਹਾਡੀ ਪਾਰਟੀ ਪੂਰੀ ਹਿੰਮਤ ਕਰਕੇ ਪੂਰੀ ਆਪਣੀ ਮਿਹਨਤ ਕਰਕੇ ਅੱਗੇ ਵਧੇਗੀ 117 ਸੀਟਾਂ ਤੇ ਕਿਹਾ ਤੁਸੀਂ ਕਿ ਤੁਸੀਂ ਆ ਰਹੇ ਹੋ ਤਾਂ ਕਿੰਨੀ ਉਮੀਦ ਰੱਖਦੇ ਹੋ ਕਿ ਲੋਕ ਤੁਹਾਡੇ ਤੇ ਭਰੋਸਾ ਕਰਕੇ ਤੁਹਾਨੂੰ ਸਾਨੂੰ 100% ਯਕੀਨ ਹੈ ਜੀ 100% ਯਕੀਨ ਹੈ ਸਾਨੂੰ ਸਾਡੇ ਦੇ ਲੋਕ ਭਰੋਸਾ ਕਰਨਗੇ ਸਾਨੂੰ ਜਰੂਰ ਆਪ ਦਾ ਸਮਰਥਨ ਦੇਣਗੇ ਤੇ ਸਾਡੇ ਨਾਲ ਜੁੜਨਗੇ ਜੀ 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 ਬਿਲਕੁਲ ਤੇ ਤੁਸੀਂ ਪਹਿਲੇ ਗੱਲ ਕਹੀ ਸੀ ਕਿ ਪੰਜਾਬ ਤੋਂ ਚੱਲਣ ਵਾਲੀ ਪਾਰਟੀ ਹੈ ਜਦ ਕਿ ਆਪਾਂ ਅਗਰ ਪਾਰਟੀ ਦੇ ਨਾਮ ਦੀ ਗੱਲ ਕਰ ਲੈਨੇ ਆ ਰਾਸ਼ਟਰੀ ਆਜ਼ਾਦ ਮੰਚ ਪਾਰਟੀ ਇੱਕ ਇਸ ਹਾਮ ਨਾਲੇ ਨੈਸ਼ਨਲ ਲੈਵਲ ਦੀ ਪਾਰਟੀ ਹੈ ਔਰ ਤੁਸੀਂ ਪਹਿਲਾਂ ਵੀ ਦੱਸਿਆ ਕਿ ਨੈਸ਼ਨਲ ਹੀ ਪਾਰਟੀ ਹੈ ਤੁਹਾਡੀ ਹਣਾ ਤਾਂ ਕਿਤੇ ਨਾ ਕਿਤੇ ਇਹ ਚੀਜ਼ ਆ ਇਹ ਵੀ ਤੇ ਨਹੀਂ ਹੋ ਜਾਣਗੀ ਕਿ ਕੱਲ ਨੂੰ ਫੇਰ ਪੰਜਾਬ ਧੂਰਾ ਨਾ ਰਹਿ ਕੇ ਇਹਦਾ ਵੀ ਧੂਰਾ ਕੋਈ ਹੋਰ ਹੋ ਜਵੇ ਤੁਸੀਂ ਵੇਖੋ ਜੀ ਜਿੰਨੀਆਂ ਪਾਰਟੀਆਂ ਨੇ ਨਾ ਜੀ ਅੱਜ ਦੀ ਡੇਟ 'ਚ ਆਪਾਂ ਗੱਲ ਕਰਦੇ ਹੈਗੇ ਆ ਆਮ ਆਦਮੀ ਪਾਰਟੀ ਜੀ ਦਿੱਲੀ ਤੋਂ ਹਿੰਡਲ ਹੁੰਦੀ ਹੈ ਕਾਂਗਰਸ ਦਿੱਲੀ ਤੋਂ ਹਿੰਡਲ ਹੁੰਦੀ ਹੈ ਜੀ ਜੀ ਅਕਾਲੀ ਦਲ ਅੱਜ ਤੱਕ ਦਿੱਲੀ ਤੋਂ ਹਿੰਡਲ ਹੁੰਦਾ ਹੈ ਉਹ ਕਹਿੰਨ ਨੂੰ ਕੁਝ ਵੀ ਖੇਤਰੀ ਗਈ ਜਾਂ ਜਾਂ ਤਾਂ ਉਹ ਭਾਜਪਾ ਨਾਲ ਦਿੱਲੀ ਤੋਂ ਹਿੰਡਲ ਨੂੰ ਦੇ ਸੀ ਜਾਂ ਅੱਜ ਦੀ ਡੇਟ 'ਚ ਤੁਸੀਂ ਉਹਦੋਂ ਵੀ ਅੱਗੇ ਉਹ ਯੂਪੀ ਚਲੇ ਗਏ ਠੀਕ ਹੈ ਜੀ ਸਾਡੀ ਜਿੰਨੀ ਵੀ ਹਾਈ ਕਮਾਂਡ ਸਾਰੀ ਚੰਡੀਗੜ੍ਹ ਪੰਚਕੁਲੇ ਹੈ ਜੀ ਮੇਰਾ ਖਿਆਲ ਹੈ ਲੋਕਲ ਹੋ ਜਾਂਦੀ ਚੰਡੀਗੜ੍ਹ ਸਾਡੀ ਕੈਪੀਟਲ ਹੈ ਨਾ ਜੀ ਇਹ ਤਾਂ ਲੋਕਲ ਹੋ ਗਈ ਸਾਡੇ ਲਈ ਹੈ ਨਾ ਅਸੀਂ ਦਿੱਲੀ ਨਹੀਂ ਜਾਣਾ ਅਸੀਂ ਕਿਸੇ ਤੋਂ ਵੀ ਡਿਸੀਜਨ ਲੈਣ ਦਿੱਲੀ ਨਹੀਂ ਜਾਣਾ ਠੀਕ ਹੈ ਸਾਡਾ ਸਾਰਾ ਸਿਸਟਮ ਚੰਡੀਗੜ੍ਹ ਤੋਂ ਅਪਰੇਟ ਹੋਣਾ ਹੈ ਰਾਦਰ ਹਾਂ ਅਸੀਂ ਦਿੱਲੀ ਲਈ ਸੋਚ ਸਕਦੇ ਹਾਂ ਕੱਲ ਨੂੰ ਜੋ ਦਿੱਲੀ ਇਲੈਕਸ਼ਨ ਲੜਦੇ ਨੇ ਕਿ ਤੇ ਯੂਪੀ ਲੜਦੇ ਆ ਉਹਨਾਂ ਨੂੰ ਚੰਡੀਗੜ੍ਹ ਆਉਣਾ ਪੈਣਾ ਬਟ ਸਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਹੈ ਇੱਥੇ ਅਸੀਂ ਬੜੇ ਕਲੀਅਰ ਹੈ ਜੀ ਤੇ ਪਹਿਲ ਪਰ ਇੱਕ ਗੱਲ ਇਹ ਆਉਂਦੀ ਹੈ ਦੇਖੋ ਬਹੁਤ ਘੱਟ ਸਮਾਂ ਜਿਵੇਂ ਤੁਹਾਡੇ ਕੋਲ ਤੇ ਹੁਣ ਅਗਰ ਜਦੋਂ ਅਸੀਂ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਇਹਨੇ ਜਿਸ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਦੇ ਨਵੇਂ-ਨਵੇਂ ਐਲਾਨ ਕਰ ਰਹੇ ਨੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਜਿਸ ਤਰੀਕੇ ਨਾਲ ਲਗਾਤਾਰ ਲੋਕਾਂ ਦੇ ਹਿੱਤਾਂ ਦੀ ਗੱਲ ਕਰ ਰਹੇ ਨੇ ਲੋਕ ਮੁੱਦਿਆਂ ਦੇ ਉੱਪਰ ਕੰਮ ਕਰਨ ਦੀ ਗੱਲ ਕਰ ਰਹੇ ਨੇ ਇੱਕ ਵੱਡਾ ਚੈਲੰਜ ਜਿਹੜੀਆਂ ਪੁਰਾਣੀ ਪਾਰਟੀਆਂ ਨੇ ਅਕਾਲੀ ਦਲ ਦੀ ਗੱਲ ਕਰ ਲਈਏ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਦੇ ਲਈ ਤਾਂ ਇੱਕ ਵੱਡਾ ਚੈਲੰਜ ਹੈ ਹੀ ਹੈ ਤੇ ਤੁਸੀਂ ਇਹਨੇ ਘੱਟ ਸਮੇਂ ਵਿੱਚ ਇਹਨਾਂ ਚਿਹਰਿਆਂ ਦਾ ਮੁਕਾਬਲਾ ਜਾਂ ਕਿਸ ਤਰੀਕੇ ਨਾਲ ਲੱਗੇ ਬਦੋ ਤੁਸੀਂ 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 ਮੈਮ ਉਹ ਦੋਵੇਂ ਗੱਲਾਂ ਕਰਤੀਆਂ ਨੇ ਤੁਸੀਂ ਕਹਿੰਦੇ ਚੰਨੀ ਸਾਹਿਬ ਬੜੀ ਫੁਰਤੀ ਨਾਲ ਕੰਮ ਕਰ ਰਹੇ ਨੇ ਵੱਡੀਆਂ-ਵੱਡੀਆਂ ਅ ਪੋਲਿਟਿਕਸ ਅਨਾਉਂਸਮੈਂਟਸ ਵੱਡੀਆਂ ਨਹੀਂ ਕਰਨੀਆਂ ਹੁੰਦੀਆਂ ਪੋਲਿਟਿਕਸ ਨੋਟੀਫਿਕੇਸ਼ਨਸ ਵੱਡੀਆਂ ਕਰਨੀਆਂ ਹੁੰਦੀਆਂ ਨੇ ਚੰਨੀ ਸਾਹਿਬ ਦਾ ਦੋ ਦਿਨ ਪਹਿਲਾਂ ਤੁਸੀਂ ਵੇਖਣਾ ਸੀ ਚੰਨੀ ਸਾਹਿਬ ਨੇ ਨਾ ਜਿਸ ਬੰਦੇ ਕੋਲੇ ਜਾ ਕੇ ਕਿਹਾ ਸੀਗਾ ਕਿ ਹਾਂਜੀ ਇਹਦਾ ਖੇਤ ਦਾ ਸੁੰਡੀ ਕ੍ਰਿਸ਼ਣਾਨ ਕਰਗੀ ਸੀ ਫਸਲ ਦਾ ਤੇ ਨਰਮੇ ਨੂੰ ਤੇ ਉਹਦਾ ਜਾ ਕੇ ਉਹਦੇ ਨਾਲ ਫੋਟੋ ਪਾਈ ਸੀ ਉਹ ਬੰਦੇ ਦਾ ਹਫਤੇ ਬਾਅਦ ਬਿਆન્સ ਵੀ ਅਜੇ ਤੱਕ ਮੈਨੂੰ ਪੈਸੇ ਨਹੀਂ ਮਿਲੇ ਅਨਾਉਂਸਮੈਂਟ ਕਰਨਾ ਕੋਈ ਖਾਸ ਗੱਲ ਨਹੀਂ ਹੁੰਦੀ ਕੰਮ ਕਰਨ ਲਈ ਨੋਟੀਫਿਕੇਸ਼ਨ ਕਰਨਾ ਹੁੰਦਾ ਉਹ ਨੋਟੀਫਿਕੇਸ਼ਨ ਨਹੀਂ ਕਰ ਰਹੇ ਹਨ ਬਾਕੀ ਰਹੀ ਗੱਲ ਨਵਜੋਤ ਸਿੰਘ ਸਿੱਧੂ ਦੀ ਉਹਦਾ ਮੈਮ ਤੁਸੀਂ ਤੁਸੀਂ ਪੰਜਾਬ ਤੋਂ ਤੁਹਾਨੂੰ ਜ਼ਿਆਦਾ ਬੈਟਰ ਪਤਾ ਆਪਣੇ ਇੱਕ ਕਹਿੰਦੇ ਨੇ ਵਿਆਹ ਚ ਰੁੱਸਿਆ ਹੋਇਆ ਫਫੜ ਜਿਹਨੇ ਗੁੱਸੇ ਹੀ ਰਹਿਣਾ ਹੈਣਾ ਜੀ ਉਹ ਸਿੱਧੂ ਸਾਹਿਬ ਦਾ ਉਹ ਹਾਲ ਹੈ ਜੀ ਪਹਿਲਾਂ ਕੈਪਟਨ ਸਾਹਿਬ ਦੇ ਹੁੰਦੇ ਕਹਿੰਦੇ ਸੀ ਸਾਡੀ ਸਰਕਾਰ ਆਉਣ ਤੇ ਕਾਂਗਰਸ ਚ ਹੁੰਦੇ ਹੋਏ ਉਹ ਕਹਿੰਦੇ ਸੀ ਸਾਡੀ ਸਰਕਾਰ ਆਉਣ ਤੇ ਠੀਕ ਜਦੋਂ ਉਹਨਾਂ ਦਾ ਮਨਪਸੰਦ ਸੀਐਮ ਬਣਿਆ ਜੀ ਉਦੋਂ ਵੀ ਉਹਨਾਂ ਨੂੰ ਪ੍ਰੋਬਲਮ ਹੈ ਹੁਣ ਪ੍ਰੋਬਲਮ ਕਿਉਂ ਆ ਉਹ ਦੇਖੋ ਤੁਸੀਂ ਜੇ ਉਹ ਕਹਿਣ ਵੀ ਹਾਂਜੀ ਹੁਣ ਸਾਡਾ ਸਾਰਾ ਸਿਸਟਮ ਠੀਕ ਐ ਅਸੀਂ ਕੰਮ ਕਰ ਰਹੇ ਹਾਂ ਕੰਮ ਤਾਂ ਸੀ ਕਰਨੇ ਨਹੀਂ ਸਿਰਫ ਰੌਲਾ ਪਾਉਣਾ ਜੀ ਸਿੱਧੂ ਸਾਹਿਬ ਨੇ ਕਿਹਾ ਸੀ ਜਿੱਦਨ ਸਾਡੀ ਸਰਕਾਰ ਆ ਗਈ ਮੀਨਸ ਚੰਨੀ ਸਾਹਿਬ ਆ ਕੇ ਉਹਨੇ ਸਰਕਾਰ ਆ ਗਈ ਨਾ ਉਹਨਾਂ ਨੇ ਕਿਹਾ ਸੀ ਮੈਂ ਸੁਖਬੀਰ ਸਿੰਘ ਬਾਦਲ ਦਾ ਜੋ ਨਿਊ ਚੰਡੀਗੜ੍ਹ ਉਹ ਹੈਗਾ ਹੋਟਲ ਹੈਗਾ ਉਹਨੂੰ ਮੈਂ ਹਸਪੀਟਲ ਬਣਾ ਦੇਣਾ ਅਸੀਂ ਜਾ ਕੇ ਆਏ ਹਾਂ ਸਾਨੂੰ ਉੱਥੇ ਪਲਾਸ ਦਾ ਨਿਸ਼ਾਨ ਮਿਲਿਆ ਨਹੀਂ ਤੁਸੀਂ ਵੀ ਇੱਕ ਚੱਕਰ ਲਾਏ ਹੋ ਨਿਊ ਚੰਡੀਗੜ੍ਹ ਠੀਕ ਐ ਜੀ ਉਹਨਾਂ ਨੇ ਕਿਹਾ ਸੀ ਸੁਖਬੀਰ ਸਿੰਘ ਬਾਦਲ ਦੀ ਮੈਂ ਬੱਸਾਂ ਫੜ ਕੇ ਇਹਨਾਂ ਨੂੰ ਸਕੂਲਾਂ ਚ ਬੱਚੇ ਢੋਣ ਤੇ ਲਾ ਚੈੱਕ ਕਰ ਲਿਓ ਕਿਸੇ ਪਿੰਡ ਚ ਵੇਖਿਓ ਆਰਬਿਟ ਬੱਸਾਂ ਛੱਡਦੀਆਂ ਬੱਚਿਆਂ ਨੂੰ ਹੋ ਸਕਦਾ ਤੁਹਾਨੂੰ ਮਿਲ ਜਨ ਸੰ ਉਹਦਾ ਸਾਡੇ ਤੋਂ ਚੋਰੀ ਪਾਸੀ ਕਰ ਦਿੰਦੇ ਹੁਣ ਸਿੱਧੂ ਸਾਹਿਬ ਵੀ ਸਾਨੂੰ ਨਹੀਂ ਵਿਖਾਉਣੀ ਆ ਤੁਸੀਂ ਪਲੀਜ਼ ਇੱਕ ਵਾਰ ਚੈੱਕ ਜ਼ਰੂਰ ਕਰਿਓ ਇਹਨਾਂ ਦੀਆਂ ਕਹਿੰਦੇ ਆ ਗੱਲਾਂ ਨੇ ਜੀ ਕੁਝ ਨਹੀਂ ਕਰਨਾ ਸਿੱਧੂ ਸਾਹਿਬ ਜਿੱਥੇ ਹੁੰਦੇ ਜਿਹੜੀ ਪਾਰਟੀ ਚ ਹੁੰਦੇ ਆ ਇਹ ਉਸ ਦੇ ਅਗੇਂਸਟ ਹੁੰਦੇ ਆ ਤੁਸੀਂ ਇੱਕ ਗੱਲ ਦੱਸੋ ਮੈਨੂੰ ਬੀਜੇਪੀ ਚ ਹੁੰਦੇ ਹੋਏ ਬੀਜੇਪੀ ਗਲਤ ਸੀ ਕਾਂਗਰਸ ਚ ਹੁੰਦੇ ਹੋਏ ਕਾਂਗਰਸ ਗਲਤ ਸੀ ਮੀਨਸ ਵਰਲਡ ਵਾਈਡ ਇੱਕੋ ਬੰਦਾ ਸਹੀ ਹੋ ਗਿਆ ਉਹ ਨਵਜੋਤ ਸਿੰਘ ਸਿੱਧੂ ਹੈ ਉਹ ਵੀ ਉਹ ਸਹੀ ਹੈ ਜੋ ਆਪਣੇ ਮੌਜੂਦਾ ਸੀਐਮ ਨੂੰ ਹੂੰ ਗਲਾਂ ਘੜ ਰਿਆ ਜੀ ਖੜ ਕੇ ਉਹਦੀ ਵਾਈਫ ਗਲਤ ਬੋਲ ਰਹੀ ਹੈ ਚੰਗਾ ਨਹੀਂ ਲੱਗਦਾ ਕਹਿਣਾ ਆਪਾਂ ਉਹ ਲੇਡੀ ਨੂੰ ਹਨਾ ਉਹ ਖੜ ਕੇ ਉੱਥੇ ਗੱਲਾਂ ਕਰ ਰਹੀ ਐ ਐਡਾ ਲੁੱਕ ਨਾਈਸ ਸੀ ਤੇ ਸੋ ਦੈਟ ਸਿੱਧੂ ਸਾਹਿਬ ਨੂੰ ਤਾਂ ਕਿਤੇ ਮੇਰਾ ਖਿਆਲ ਕਿਸੇ ਨੂੰ ਵੀ ਕੰਸੀਡਰ ਨਹੀਂ ਕਰਨਾ ਚਾਹੀਦਾ ਸਿੱਧੂ ਸਾਹਿਬ ਨੂੰ ਹੂੰ ਹੂੰ ਚਲੋ ਅਸੀਂ ਇਹ ਮਤਲਬ ਕਹਿ ਸਕਦੇ ਹਾਂ ਕਿ ਰਾਸ਼ਟਰੀ ਆਜ਼ਾਦ ਮੰਚ ਪਾਰਟੀ ਵੱਲੋਂ ਜੋ ਹੁਣੇ ਦਾਵਾ ਕੀਤਾ ਜ਼ਰੂਰ ਜਾ ਰਿਹਾ ਹੈ ਕਿ ਸਾਡੇ ਆਣ ਤੇ ਜੇ ਲੋਕਾਂ ਦੇ ਨਾਲ ਜੁੜੀਆਂ ਪ੍ਰੋਬਲਮਸ ਨੂੰ ਜੋ ਹਕੀਕਤ ਦੇ ਵਿੱਚ ਹੈ ਸੁਲਝਾਇਆ ਜਾਏਗਾ ਤਾਂ ਕਿ ਪੰਜਾਬ ਨੂੰ ਕੈਲੀਫੋਰਨੀਆ ਜਾਂ ਕੋਈ ਹੋਰ ਉਦਾਹਰਨ ਦੇ ਕੇ ਨਹੀਂ ਪੰਜਾਬ ਨੂੰ ਪੰਜਾਬ ਦੇ ਨਾਮ ਦੇ ਕੇ ਹੀ ਦੁਨੀਆ ਵਿੱਚ ਜੋ ਇੱਕ ਪਛਾਣ ਬਣੀ ਹੋਈ ਸੀ ਸਾਡੇ ਪੰਜਾਬ ਉਹੀ ਪੰਜਾਬ ਦੀ ਪਛਾਣ ਕਾਇਮ ਰਹਿ ਸਕੇ ਇਹ ਦਾਵਾ ਕੀਤਾ ਜਾ ਰਿਹਾ ਹੈ ਰਾਸ਼ਟਰੀ ਆਜ਼ਾਦ ਮੰਚ ਪਾਰਟੀ ਵੱਲੋਂ ਤੇ ਉਮੀਦ ਕਰਦੇ ਆ ਕਿ ਜਿਹੜੀਆਂ ਯੋਜਨਾਵਾਂ ਨਾਲ ਜਿਹੜੇ ਲੋਕ ਮੁੱਦਿਆਂ ਉੱਪਰ ਤੁਸੀਂ ਕੰਮ ਕਰਨ ਦੀਆਂ ਗੱਲਾਂ ਕਰ ਰਹੇ ਹੋ ਅੱਗੇ ਤੁਸੀਂ ਵਧਦੇ ਹੋ ਅਗਰ ਤੇ ਲੋਕ ਤੁਹਾਡੇ ਤੇ ਭਰੋਸਾ ਕਰ ਪਾਉਂਦੇ ਨੇ ਤੇ ਦੇਖਣਾ ਕਾਫੀ ਦਿਲਚਸਪ ਰਹੇਗਾ ਐਤਕੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿ ਕਿਹੜੀ ਪਾਰਟੀ ਲੋਕਾਂ ਦਾ ਦਿਲ ਜਿੱਤ ਸਕੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏ ਤੇ ਸਾਡੇ ਨਾਲ ਗੱਲਬਾਤ ਕੀਤੀ ਥੈਂਕ ਯੂ ਥੈਂਕ ਯੂ ਇਹਦੀ ਇਜਾਜ਼ਤ ਧੰਨਵਾਦ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇਨਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakkhpost.com